ਅੱਛਾ ਭਾਈ ਜਾਨ, ਇਹ ਦੱਸੋ ਕਿ ਜਿੰਨੇ ਵੀ ਰਾਜਪੂਤਾਂ ਤੇ ਅਸੀਂ ਗੱਲਬਾਤ ਅੱਗੇ ਜਨਰਲੀ ਕੀਤੀ ਹੈ, ਠੀਕ ਆ, ਤੇ ਹੁਣ ਜਿਹੜਾ ਵਾ ਅਸੀਂ ਸਪੈਸੀਫਿਕ ਜਿਹੜੀਆਂ ਕੌਮਾਂ ਨੇ ਤੁਹਾਡੀਆਂ ਗੋਤਾਂ ਨੇ ਅਸੀਂ ਉਹਨਾਂ ਤੇ ਗੱਲਾਂ ਕਰਾਂਗੇ, ਕਿਉਂਕਿ ਸਾਨੂੰ ਮੈਸੇਜਸ ਵੀ ਬਹੁਤ ਜ਼ਿਆਦਾ ਆਏ ਨੇ ਕਿ ਭੱਟੀ ਰਾਜਪੂਤ, ਮੰਝ, ਵਰਿਆ, ਘੋੜੇਵਾ, ਇਹਨਾਂ ਤੇ ਕੱਲੇ ਕੱਲੇ ਤੇ ਗੱਲਬਾਤ ਕਰੋ, ਠੀਕ ਹੈ। ਤੇ ਸਭ ਤੋਂ ਜ਼ਿਆਦਾ ਮੈਸੇਜਸ ਜਿਹੜੇ ਨੇ ਸਾਨੂੰ ਆਏ ਨੇ ਭੱਟੀਆਂ ਤੇ, ਠੀਕ ਹੈ, ਅਸੀਂ ਅੱਜ ਭੱਟੀਆਂ ਤੇ ਗੱਲ ਕਰਾਂਗੇ, ਠੀਕ ਹੈ, ਠੀਕ ਹੈ ਜੀ, ਠੀਕ ਹੈ। ਤੇ ਇਹ ਤੁਸੀਂ ਦੱਸੋ ਇਹ ਗੱਲ ਕਿ ਵੈਸੇ ਆਮ ਰੂਟੀਨ ਦੇ ਵਿੱਚ ਜਿੱਦਾਂ ਤੁਸੀਂ ਅੱਗੇ ਦੱਸ ਰਹੇ ਸੋ ਕਿ ਜ਼ਿਆਦਾ ਜਿਹੜੀ ਹੈ ਨਾ ਜੀ ਉਹ ਕਸਰਤ ਦੇ ਨਾਲ ਤੁਹਾਡੀ ਆਬਾਦੀ ਦੇ ਵਿੱਚ ਰਾਜਪੂਤਾਂ ਦੇ ਵਿੱਚ ਭੱਟੀ ਨੇ, ਹਾਂਜੀ, ਠੀਕ ਹੈ ਜੀ, ਹਾਂਜੀ। ਤੇ ਭੱਟੀਆਂ ਦਾ ਕੋਈ ਕਿੱਸਾ ਜਿਹੜਾ ਵਾ ਨਾ ਜੀ ਅਸੀਂ ਉਹਦੇ ਤੇ ਕੋਈ ਗੱਲਬਾਤ ਅੱਜ ਜਿਹੜਾ ਨਾ ਜੀ ਕਰਨਾ ਚਾਹਾਂਗੇ। ਇਹ ਸਿਕੰਦਰ ਖਾਨ ਜੀ, ਇਸ ਆਪਾਂ ਏਰੀਏ ਦੇ ਵਿੱਚ ਬੈਠੇ ਆ ਨਾ ਜੀ, ਇਹ ਤਹਿਸੀਲ ਜੜਾਂ ਵਾਲਾ ਜੀ, ਜ਼ਿਲ੍ਹਾ ਫੈਸਲਾਬਾਦ ਦਾ ਪਹਿਲਾਂ ਲੈਲਪੁਰ ਹੁੰਦਾ ਸੀ ਜੀ, ਜੀ ਬਿਲਕੁਲ ਏਦਾਂ ਹੀ। ਇਹ ਹਾਫਜ਼ਾਬਾਦ ਤੋਂ ਲੱਗ ਕੇ ਅੱਗੇ ਇਹ ਸ਼ੋਰਕੋਟ ਕੈਂਟ ਤਾਈਂ ਇਹ ਜਾਂਦਾ, ਠੀਕ ਹੈ ਜੀ, ਇਹ ਮੁਲਤਾਨ ਨਾ ਜਾ ਕੇ ਇਹ ਰਲਦਾ, ਠੀਕ ਹੈ ਜੀ। ਇੱਥੇ ਤਾਈਂ ਇਹ ਜਿਹੜਾ ਏਰੀਆ ਸੀਗਾ ਇਹਨੂੰ ਕਹਿੰਦੇ ਸੀਗੇ ਸਾਂਦਲਬਾਰ, ਹਾਂ ਬਿਲਕੁਲ, ਇਹਨੂੰ ਕਹਿੰਦੇ ਸੀਗੇ ਸਾਂਦਲਬਾਰ, ਸਾਂਦਲਬਾਰ। ਅੱਜ ਵੀ ਇਹ ਜਿਹੜੀਆਂ ਪੰਜਾਬ ਦੇ ਵਿੱਚ ਬਾਰਾਂ ਹਨ ਜੀ ਜੀ, ਉਹਦੇ ਚ ਸਭ ਤੋਂ ਬੜੀ ਬਾਰ ਜਿਹੜੀ ਉਹ ਸਾਂਦਲਬਾਰ ਆ, ਹਾਂ ਤਕਰੀਬਨ ਤੀਜਾ ਚੌਥਾ ਹਿੱਸਾ ਪੰਜਾਬ ਦਾ, ਪੰਜਾਬ ਦਾ ਸਭ ਤੋਂ ਜਿਹੜੀ ਬੜੀ ਬਾਰ ਨਾ ਜੀ ਜੀ, ਇਹਨੂੰ ਸਾਂਦਲਬਾਰ ਬੋਲਦੇ ਆ, ਠੀਕ ਹੋ ਗਿਆ। ਇਹ ਸਾਂਦਲਬਾਰ ਜਿਹੜੀ ਨੇ ਇਹਦਾ ਨਾਂ ਸਾਂਦਲਬਾਰ ਕਿਉਂ ਪਿਆ? ਸਹੀ ਹੈ ਜੀ, ਇਹਦਾ ਨਾਂ ਸਾਂਦਲਬਾਰ ਕਿਉਂ ਪਿਆ ਜੀ ਜੀ? ਇਹ ਬਹੁਤ ਇੱਕ ਤਾਰੀਖੀ ਆਦਮੀ ਹੋਇਆ ਵਾ ਰਾਜਪੂਤਾਂ ਚ ਭੱਟੀਆਂ ਦੇ ਵਿੱਚ, ਦੁੱਲਾ ਨਵਾਬ, ਜਿਹਨੂੰ ਦੁੱਲਾ ਨਵਾਬ ਕਹਿੰਦੇ, ਦੁੱਲਾ ਨਵਾਬ, ਹਾਂ ਦੁੱਲਾ ਭੱਟੀ, ਹਾਂ ਦੁੱਲਾ ਭੱਟੀ, ਜਾਂ ਉਹਨੂੰ ਦੁੱਲਾ ਨਵਾਬ ਕਹਿੰਦੇ, ਨਵਾਬ ਕਹਿੰਦੇ, ਨਵਾਬ ਕਹਿੰਦੇ ਸੀ ਪੂਰੀ ਬਾਰ ਦਾ ਇਕਦਮ ਮਾਲਕ, ਬਿਲਕੁਲ ਸਹੀ, ਦੁੱਲਾ ਨਵਾਬ ਕਹਿੰਦੇ ਸੀ, ਸਹੀ ਹੈ ਜੀ, ਸਹੀ ਹੈ ਜੀ। ਦੁੱਲੇ ਦਾ ਜਿਹੜਾ ਨਾ, ਦੁੱਲੇ ਦਾ ਬਾਪ ਸੀਗਾ ਫਰੀਦ, ਦੁੱਲੇ ਦਾ ਜਿਹੜਾ ਵਾਲਦ ਸੀ ਨਾ ਫਰੀਦ ਸੀ, ਉਹਦਾ ਨਾਂ ਸੀ ਫਰੀਦ ਖਾਂ, ਠੀਕ ਹੈ ਜੀ। ਜਿਹੜਾ ਫਰੀਦ ਖਾਂ ਸੀ ਉਹਦੇ ਬਾਪ ਦਾ ਨਾਂ ਸੀ ਸਾਂਦਲ ਖਾਂ, ਅੱਛਾ ਜੀ, ਜਿਹਦੇ ਨਾਂ ਤੋਂ ਇਹ ਬਾਰ ਜਿਹੜੀ ਹੈ ਨਾ ਮਸ਼ਹੂਰ ਹੋਈ ਆ ਸਾਂਦਲ ਬਾਰ, ਬਿਲਕੁਲ ਸਹੀ, ਦੁੱਲੇ ਦੇ ਦਾਦੇ ਦੀ ਬਾਰ ਆ, ਦਾਦੇ ਦੀ ਬਾਰ, ਠੀਕ ਹੈ, ਠੀਕ ਆ, ਠੀਕ, ਦੁੱਲੇ ਦੇ ਦਾਦੇ ਦੀ ਬਾਰ ਆ, ਬਿਲਕੁਲ, ਜਿਸ ਤੋਂ ਇਹਨੂੰ ਸਾਂਦਲ ਬਾਰ ਕਿਹਾ ਜਾਂਦਾ, ਇਹ ਬੜਾ ਵਸੀਹ ਏਰੀਆ ਆ, ਨਾਮ ਹੀ ਉਹਨਾਂ ਦੇ ਤੋਂ ਪੈ ਗਈ, ਨਾ ਹੀ ਉਹਨਾਂ ਦੇ ਤੋਂ ਪੈ ਗਈ, ਜਾਇਦਾਦ ਸੀ ਉਹਨਾਂ ਦੀ, ਇਹਦਾ ਮਤਲਬ ਇਹ ਉਹ ਜਿਹੜਾ ਉਹ ਦੌਰ ਸੀਗਾ ਸਿਕੰਦਰ ਖਾਂ, ਉਦੋਂ ਜਿਹੜੇ ਜਿਹੜੇ ਏਰੀਏ ਤੇ ਬੰਦਾ ਤੁਸੀਂ ਦੇਖਦੇ ਨੀ ਫਲਾਂ ਨਵਾਬ ਦੀ ਇੰਨੀ ਜ਼ਮੀਨ ਆ, ਫਲਾਂ ਉਹ ਨਵਾਬ ਬਹਾਵਲਪੁਰ ਸੀਗਾ, ਇਸੇ ਤਰ੍ਹਾਂ ਉਹ ਇੱਕ ਪੂਰੀ ਬਾਰ ਦਾ ਮਾਲਕ ਸੀਗਾ, ਕਬਜ਼ਾ ਸੀ ਉਹਦਾ ਪੂਰੀ ਬਾਰ, ਨਹੀਂ ਇਹਦਾ ਮਤਲਬ ਕਬਜ਼ਾ ਵੀ ਸੀ ਤੇ ਉਹ ਮਾਲਕ ਵੀ ਸੀ, ਮਾਲਕ ਸੀਗਾ ਤੇ ਕਬਜ਼ਾ ਸੀ ਨਾ, ਠੀਕ ਹੈ, ਮਾਲਕ ਸੀਗਾ, ਸਹੀ ਹੈ, ਪੂਰੀ ਬਾਰ ਦੇ ਜਿਹੜੇ ਲੋਕ ਆ, ਦੁੱਲੇ ਦੇ ਦਾਦੇ ਦੀ ਅਦਾਲਤ ਲੱਗਦੀ ਸੀਗੀ, ਫੈਸਲੇ ਕਰਦਾ ਸੀਗਾ ਉਹ, ਪੂਰਾ ਇੱਕ ਨਿਜ਼ਾਮ ਬਣਾ ਕੇ, ਸਟੇਟ ਟਾਈਪ ਪੂਰਾ ਇੱਕ ਨਿਜ਼ਾਮ ਬਣਾ ਕੇ ਬੈਠਾ ਸੀ, ਸਹੀ ਹੈ, ਸਹੀ, ਭੱਟੀ ਰਾਜਪੂਤ ਸੀਗਾ ਔਰ ਪੂਰੀ ਠੱਠ ਨਾਲ ਬੈਠਾ ਸੀਗਾ, ਬੜੀ ਗੱਲ। ਤੇ ਇਹ ਜਦੋਂ ਮੁਗਲਾਂ ਦਾ ਸਿਸਟਮ ਸ਼ੁਰੂ ਹੋਇਆ, ਮੁਗਲਾਂ ਨੇ ਬਰੇਸਗੀਰ ਤੇ ਕਬਜ਼ਾ ਕੀਤਾ, ਉਹਨਾਂ ਨੇ ਫਿਰ ਚਾਹਿਆ ਕਿ ਇਹਨਾਂ ਨੂੰ ਜਿਹੜਾ ਹੈਗਾ ਨਾ ਨਵਾਬਾਂ ਨੂੰ, ਇਹ ਜਿਹੜੇ ਆਪੇ ਹੀ ਬਣੇ ਬੈਠੇ ਆ, ਇਹਨਾਂ ਨੂੰ ਮਕਾਇਆ ਜਾਵੇ। ਉਹ ਫਿਰ ਇਹ ਦੁੱਲੇ ਦਾ ਬਾਪ ਜਿਹੜਾ ਦਾਦਾ ਸੀ ਉਹ ਵੀ ਮੁਗਲਾਂ ਨਾਲ ਲੜਦਾ ਹੋਇਆ ਮਰਿਆ, ਦੁੱਲੇ ਦਾ ਬਾਪ ਵੀ ਮੁਗਲਾਂ ਨਾਲ ਹੀ ਲੜਦਾ ਹੋਇਆ ਮਰਿਆ, ਅੱਛਾ ਜੀ, ਹਾਂਜੀ, ਦੁੱਲਾ ਜਿਹੜਾ ਉਹ ਵੀ ਮੁਗਲਾਂ ਨਾਲ ਹੀ ਲੜਿਆ, ਬਿਲਕੁਲ ਸਹੀ, ਲੇਕਿਨ ਇਹ ਆ ਆਪਣਾ ਉਹਨਾਂ ਨੇ ਏਰੀਆ ਨਹੀਂ ਦਿੱਤਾ ਮੁਗਲ ਨੂੰ, ਆਪਣਾ ਕਬਜ਼ਾ ਨਹੀਂ ਦਿੱਤਾ, ਜਾਨਾਂ ਦਿੱਤੀਆਂ ਔਰ ਆਪਣੀ ਜਿਹੜੀ ਰਾਇਆ ਉਹਨੂੰ ਮੁਗਲ ਦੇ ਹਵਾਲੇ ਨਹੀਂ ਕੀਤਾ, ਵਾਹ 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 ਵਾਹ, ਮੁਗਲ ਦੇ ਹਵਾਲੇ ਨਹੀਂ ਕੀਤਾ, ਵੈਰੀ ਗੁੱਡ, ਵੈਰੀ, ਇਹ ਬੜਾ ਪੁਰਾਣਾ, ਬਹੁਤ ਪੁਰਾਣਾ ਇੱਕ ਦੌਰ ਸੀਗਾ ਜਦੋਂ ਨਾ
ਭਟੀਆਂ ਦਾ ਇੱਕ ਜਿਹੜਾ ਕਬੀਲਾ ਆ, ਇਹ ਕਬੀਲਾ ਉਹ ਫਿਰਦੇ ਸੀਗੇ, ਲੋਕ ਦੇਖਦੇ ਸੀ ਕਿਹੜੀ ਜਗ੍ਹਾ ਚੰਗੀ ਆ, ਕਿੱਥੇ ਰਿਹਾਇਸ਼ ਪਜ਼ੀਰ ਹੋ ਜਾਈਏ, ਇੱਦਾਂ ਦਾ ਵੀ ਸਿਸਟਮ ਇਹਦੇ ਵਿੱਚ ਤੁਹਾਡੇ ਬਰੇਸਗੀਰ ਚ ਹਿੰਦੁਸਤਾਨ ਚ ਰਿਹਾ ਹੈ। ਸਹੀ ਹੈ ਜੀ, ਸਹੀ ਹੈ। ਭਟੀਆਂ ਦਾ ਜਿਹੜਾ ਇੱਕ ਕਬੀਲਾ ਆ, ਇਹ ਤੁਰਿਆ ਫਿਰਦਾ ਸੀ ਆਪਣੀ ਜਗ੍ਹਾ ਦੇਖਣ ਲਈ, ਰਹਿਣ ਲਈ, ਤੇ ਇਹਨਾਂ ਨੇ ਇਹ ਜਿਹੜਾ ਪਿੰਡੀ ਭਟੀਆਂ ਆ, ਪਿੰਡੀ ਭਟੀਆਂ ਜਿਸ ਵੇਲੇ ਉਹ ਖਾਨਦਾਨ ਕਬੀਲਾ ਪਹੁੰਚਿਆ ਤਾਂ ਦੇਖਿਆ ਉੱਥੇ ਨਾ ਇੱਕ ਹਿਰਨਿਆ ਤੇ ਉਹਦੇ ਨਾਲ ਇੱਕ ਬੱਚਾ ਆ। ਅੱਛਾ ਜੀ। ਇੱਕ ਹਿਰਨਿਆ ਉਹਦੇ ਨਾਲ ਇੱਕ ਬੱਚਾ, ਤੇ ਬੱਚੇ ਨੂੰ ਬਘਿਆੜ ਪੈਂਦਾ ਆ। ਅੱਛਾ। ਬੱਚੇ ਨੂੰ ਬਘਿਆੜ ਪੈਂਦਾ ਆ ਤੇ ਉਹ ਜਿਹੜੀ ਮਾਂ ਆ ਬਘਿਆੜ ਦੇ ਮਗਰ ਦੌੜਦੀ ਆ, ਉਹਨੂੰ ਸਿੰਘ ਮਾਰਦੀ ਆ, ਬੱਚਾ ਨਹੀਂ ਦਿੰਦੀ। ਹਰਨੀ ਉਹਦੇ ਪਿੱਛੇ ਭੱਜਦੀ। ਹਾਂ, ਹਰਨੀ ਬਘਿਆੜ ਦੇ ਪਿੱਛੇ ਭੱਜਦੀ ਆ ਤੇ ਉਹਨੂੰ ਬੱਚਾ ਨਹੀਂ ਆਪਣਾ ਫੜਨ ਦਿੰਦੀ। ਗੁੱਡ, ਠੀਕ ਆ। ਉਹ ਜਿਸ ਵੇਲੇ ਕਬੀਲੇ ਨੇ ਮੰਜ਼ਰ ਦੇਖਿਆ ਨਾ, ਉਹਨਾਂ ਨੇ ਕਿਹਾ ਇੱਥੇ ਡੇਰੇ ਲਾ ਦੋ। ਦਲੇਰ ਮਿੱਟੀ, ਇਹ ਬੜੀ ਦਲੇਰ ਮਿੱਟੀ ਆ, ਇਹ ਤਾਂ ਇੱਕ ਹਿਰਨ ਜਿਹੜੀ ਆ ਬਘਿਆੜ ਨੂੰ ਪੈ ਗਈ ਇਸ ਮਿੱਟੀ ਤੇ। ਹਾਏ ਹਾਏ। ਠੀਕ ਆ, ਤੇ ਇੱਥੇ ਡੇਰੇ ਲਾ ਦੋ, ਆਪਾਂ ਜਾਏ ਮੁਕਾਮ ਆਪਣਾ ਜਿਹੜਾ ਇਹ ਆਪਾਂ ਇੱਥੇ ਹੀ ਰਹਿਣਾ। ਫਿਰ ਇੱਥੇ ਜਿਹੜਾ ਉਹ ਆਬਾਦ ਹੋ ਗਿਆ, ਜਿਹਨੂੰ ਪਿੰਡੀ ਭੱਟੀਆਂ ਹੀ ਕਹਿੰਦੇ ਆ, ਅੱਜ ਵੀ ਪਿੰਡੀ ਭੱਟੀਆਂ, ਅੱਜ ਵੀ ਉਹਨੂੰ ਪਿੰਡੀ ਭੱਟੀਆਂ, ਭੱਟੀ ਕਬੀਲਾ ਫਿਰ ਉੱਥੇ ਆਬਾਦ ਹੋ ਗਿਆ। ਵੈਰੀ ਗੁੱਡ। ਉੱਥੇ ਫਿਰ ਜਿਹੜਾ ਸਾਂਦਲ ਖਾਂ ਸੀ ਨਾ, ਸਾਂਦਲ ਖਾਂ ਨੇ ਫਿਰ ਇਸ ਪੂਰੀ ਬਾਹਰ ਤੇ ਗੌਰਮੈਂਟ ਕੀ, ਪੂਰੀ ਬਾਹਰ ਉਹਦੀ ਸੀਗੀ, ਬਾਕੀ ਲੋਕ ਉਹਦੇ ਰਾਹਕ ਸੀਗੇ, ਰਾਇਆ ਸੀ, ਰਾਇਆ ਸੀ, ਬਿਲਕੁਲ। ਠੀਕ ਆ ਜੀ। ਇਹ ਤੇ ਫਿਰ ਉਹਨਾਂ ਦੇ ਸਟੇਟ ਇੱਥੇ ਬਣਾਈ, ਹਾਂ ਇੱਥੇ ਸਟੇਟ ਬਣਾਈ ਜਿਹਨੂੰ ਸਾਂਦਲ ਬਾਰ ਕਿਹਾ। ਬਿਲਕੁਲ ਸਹੀ। ਇਹ ਤੇ ਅੱਜ ਪਤਾ ਸਾਨੂੰ ਲੱਗਾ ਵਾ, ਹਾਂਜੀ, ਸਾਂਦਲ ਬਾਰ ਜਿਹੜੀ ਉਹ ਭੱਟੀਆਂ ਦੇ ਨਾਵਾਂ, ਭੱਟੀਆਂ ਦੇ ਨਾਂ ਤੋਂ ਆ, ਸਾਂਦਲ ਖਾਂ ਤੋਂ ਦੁੱਲੇ ਦਾ ਦਾਦਾ ਸੀ। ਗੁੱਡ ਗੁੱਡ ਗੁੱਡ। ਸਾਂਦਲ ਉਹਦੇ ਤੋਂ ਇਹ ਬਾਰ ਆਬਾਦ ਹੋਈ। ਵੈਰੀ ਗੁੱਡ, ਵੈਰੀ ਗੁੱਡ। ਇਹ ਤੇ ਬੜੀ ਭਾਰੀ ਤਾਰੀਖ ਹੈ, ਭਾਰੀ ਤਾਰੀਖ ਹੈ। ਕਿਆ ਬਾਤ, ਕਿਆ ਬਾਤ। ਚਾਹਤੇ ਹੈ ਕਿ ਹਮ ਆਗੇ ਵੀ ਐਸੇ ਹੀ ਸਿਰਫ ਆਪਣੀ ਕੌਮ ਕੇ ਲਈ ਆਵਾਜ਼ ਉਠਾਤੇ ਰਹੇ, ਜੋ ਕਿ ਮੇਰੇ ਲਈ ਸਭ ਸੇ ਪਹਿਲੇ ਆਪਣੀ ਕੌਮ ਹੈ। ਤੋ ਆਪ ਹਮੇ ਨੀਚੇ ਦੀਏ ਹੋਏ ਜੋ ਕਿਊ ਆਰ ਕੋਡ ਹੈ, ਆਪ ਸਭੀ ਸਕੈਨ ਕਰਕੇ ਆਪ ਸਭੀ ਇਸਕੋ ਹਮੇ ਜਿਤਨੀ ਸਪੋਰਟ ਕਰ ਸਕਤੇ ਹੈ, ਕਿਸੀ ਸੇ 20, 50, 100, 500, ਜਿਤਨਾ ਵੀ ਆਪਸੇ ਹੋਤਾ ਹੈ, ਔਰ ਹਮ ਐਸੇ ਹੀ ਛਤਰੀ ਇਤਿਹਾਸ ਪਰ ਵੀਡੀਓ ਬਣਾਤੇ ਰਹੇ। ਆਪ ਇਸ ਕਿਊ ਆਰ ਕੋਡ ਕੇ ਸਕਰੀਨਸ਼ਾਟ ਲੈ ਸਕਤੇ ਹੈ। ਸਭੀ ਭਾਈਓ ਕੋ ਜੈ ਦੇਵ, ਜੈ ਮਾਂ ਭਵਾਨੀ।